ਟਾਪ 20 ਵੇਖ ਰਿਹਾ ਸਾਡੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਬਾਦ ਦੇ ਪਹਿਲੀ ਖਬਰ ਵੱਲ ਪੰਜਾਬ ਵਿੱਚ ਖੇਤੀ ਕਾਨੂੰਨਾਂ ਵਿਰੁੱਧ ਸੰਘਰਸ਼ ਕਰ ਰਹੇ ਹਨ ਜਥੇਬੰਦੀਆਂ ਵੱਲੋਂ ਮਾਲ ਗੱਡੀਆਂ ਨੂੰ ਲਾਂਘਾ ਦੇਣ ਦੇ ਐਲਾਨ ਤੇ ਅਮਲ ਕਰਦਿਆਂ ਕਿਸਾਨਾਂ ਨੇ ਰੇਲਵੇ ਲਾਈਨਾਂ ਤੋਂ ਦੂਰੀ ਬਣਾ ਲਈ ਹੈ ਭਾਰਤੀ ਕਿਸਾਨ ਯੂਨੀਅਨ ਵੱਲੋਂ ਬਣਾਵਾਲੀ ਅਤੇ ਰਾਜਪੁਰਾ ਵਿੱਚ ਨਿਜੀ ਥਰਮਲਾ ਨੂੰ ਜਾਂਦੀਆਂ ਰੇਲ ਪਟੜੀਆਂ ਤੋਂ ਵੀ ਤਰਨਾ ਚੁੱਕ ਲਿਆ ਹੈ ਯੂਨੀਅਨ ਦੇ ਜਨਰਲ ਕਤਰ ਸੁਖਦੇਵ ਸਿੰਘ ਕੋਕਰੀ ਕਲਾ ਨੇ ਦੱਸਿਆ ਕਿ ਕਿਸਾਨਾਂ ਨੇ ਰੇਲ ਲਾਈਨ ਖਾਲੀ ਕਰਕੇ ਥਰਮਲ ਦੇ ਬਾਹਰ ਧਰਨਾ ਸ਼ੁਰੂ ਕਰ ਦਿੱਤਾ ਹੈ। ਪੰਜਾਬ ਦੇ ਕਾਂਗਰਸੀ ਸੰਸਦ ਮੈਂਬਰ ਭਲਕੀ ਦਿੱਲੀ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਛਾਨ ਨਾਲ ਮੀਟਿੰਗ ਕਰਨਗੇ ਜਿਸ ਵਾਸਤੇ ਪੰਜਾਬ ਸਰਕਾਰ ਵੱਲੋਂ ਖਾਕਾ ਤਿਆਰ ਕੀਤਾ ਗਿਆ ਹੈ। ਮੀਟਿੰਗ ਤੋਂ ਇੱਕ ਦਿਨ ਪਹਿਲਾਂ ਪ੍ਰਨੀਤ ਕੋਰ ਦੀ ਦਿੱਲੀ ਵਿਚਲੀ ਰਿਹائش ਤੇ ਆਠ ਕਾਂਗਰਸੀ ਸੰਸਦ ਮੈਂਬਰਾਂ ਨੇ ਮੀਟਿੰਗ ਕੀਤੀ ਜਿਸ ਵਿੱਚ এজেন্ডੇ ਨੂੰ ਜ਼ੋਰਦਾਰ ਤਰੀਕੇ ਨਾਲ ਉਠਾਏ ਜਾਣ ਬਾਰੇ ਚਰਚਾ ਹੋਈ ਪੰਜਾਬ ਵਿੱਚ ਰੇਲ ਮਾਰਗ ਪੂਰੀ ਤਰ੍ਹਾਂ ਕਲੀਅਰ ਹੋਣ ਪਿੱਛੋਂ ਹੁਣ ਰੇਲ ਮੰਤਰਾਲੇ ਨੇ ਦਬਾਅ ਬਣਾਉਣ ਲਈ ਨਵਾਂ ਪੇਚ ਫਸਾ ਲਿਆ ਹੈ ਰੇਲਵੇ ਨੇ ਮਾਲ ਗੱਡੀਆਂ ਤੋਂ ਇਲਾਵਾ ਹੁਣ ਮੁਸਾਫਰ ਗੱਡੀਆਂ ਨੂੰ ਚਲਾਏ ਜਾਣ ਦੀ ਸਹਿਮਤੀ ਮੰਗੀ ਹੈ रेल मंत्रालय पिछले 2 दिनां तो रेल मार्गਾਂ ਤੇ ਕਿਸਾਨਾਂ ਦੇ ਬੈਠੇ ਹੋਣ ਦਾ ਰਾਗ ਅਲਾਪ ਰਿਆ ਹੈ ਅ ਅੱਜ ਕਿਸਾਨਾਂ ਵੱਲੋਂ ਰੇਲ ਮਾਰਗ ਖਾਲੀ ਕੀਤੇ ਜਾਣ ਮਗਰੋਂ ਰੇਲਵੇ ਨੇ ਨਵੀਂ ਸ਼ਰਤ ਖੜੀ ਕਰ ਦਿੱਤੀ ਹੈ ਸਵੇਰ ਵਿੱਚ ਕਰੀਬ 4 ਵਰੇ ਪਹਿਲਾਂ ਹਿੰਦੂ ਜੱਥੇਬੰਦੀ ਆਗੂਆਂ ਸਣੇ ਮਿੱਥ ਕੇ ਕੀਤੇ ਗਏ ਕਤਲ ਦੀਆਂ ਵਾਰਦਾਤਾਂ ਵਿੱਚ ਕਥਿਤ ਸ਼ਾਮਲ ਬਰਤਾਨਵੀ ਨਾਗਰਿਕ ਜਗਤਾਰ ਸਿੰਘ ਉਰਫ ਜੱਗੀ ਜੋਹਲ ਨੂੰ ਇੱਕ ਕੇਸ ਵਿੱਚ ਹਾਈ ਕੋਰਟ ਚੋਂ ਜ਼ਮਾਨਤ ਮਿਲ ਗਈ ਹੈ ਪਰ ਹੋਰ ਕਤਲ ਕੇਸਾਂ ਵਿੱਚ ਨਾਮਜ਼ਦ ਹੋਣ ਕਾਰਨ ਉਸ ਦੀ ਰਿਹਾਈ ਨਹੀਂ ਹੋਵੇਗੀ ਰੱਖਿਆ ਸਫ ਮੁਖੀ ਜਨਰਲ ਬੀਪਿੰਦ ਧਾਵਤ ਨੇ ਅੱਜ ਕਿਹਾ ਕਿ ਚੀਨ ਦੀ ਪੀਪਲਜ਼ ਲਿਬਰੇਸ਼ਨਜ਼ ਆਰਬੀ ਨੂੰ ਪੂਰਬੀ ਲਦਾਖ ਵਿੱਚ ਆਪਣੀਆਂ ਨਜਾਇਜ਼ ਗਤੀਵਿਧੀਆਂ ਲਈ ਕਰਾਰਾ ਜਵਾਬ ਮਿਲਿਆ ਹੈ ਜਿਹੜੇ ਸਿੱਟੇ ਉਹਨਾਂ ਨੂੰ ਭੁਗਤਣੇ ਪਏ ਹਨ ਉਹਨਾਂ ਦਾ ਅੰਦਾਜ਼ਾ ਪੀਐਲਏ ਨੇ ਨਹੀਂ ਲਾਇਆ ਸੀ ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਸਰਹੱਦੀ ਵਿਵਾਦ ਤੇ ਵੱਡੇ ਅਟਕਰਾ ਵੱਲ ਵਧਨ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਪਾਕਿਸਤਾਨ ਨੇ ਇੱਕ ਵਾਰ ਫੇਰ ਤੋਂ ਕਰਤਾਰਪੁਰ ਸਾਹਿਬ ਗੁਰਦੁਆਰੇ ਦੇ ਮਾਮਲੇ ਵਿੱਚ ਅੱਖਾਂ ਵਿੱਚ ਘੱਟਾ ਪਾਉਣ ਵਾਲੀ ਗੱਲ ਕੀਤੀ ਹੈ। ਪਾਕਿਸਤਾਨ ਸਰਕਾਰ ਨੇ ਹੁਣ ਇਸ ਪ੍ਰੋਜੈਕਟ ਦਾ ਨਾਂ ਪ੍ਰੋਜੈਕਟ ਬਿਜ਼ਨਸ ਪਲਾਨ ਤੋਂ ਬਦਲ ਕੇ ਕਰਤਾਰਪੁਰ ਕੋਰੀਡੋਰ ਪ੍ਰੋਜੈਕਟ ਰੱਖ ਦਿੱਤਾ ਹੈ। ਨਾਂ ਵਿੱਚ ਸੁਧਾਰ ਕਰਨ ਦੀ ਸੂਚਨਾ ਹੁਣ ਜਾਰੀ ਕੀਤੀ ਗਈ ਹੈ। ਪਰ ਅਜੇ ਵੀ ਇਸ ਯੋਜਨਾ ਵਿੱਚ ਸਿੱਖਾਂ ਨੂੰ ਬਾਹਰ ਰੱਖਿਆ ਗਿਆ ਹੈ ਅਤੇ ਇਸ ਯੋਜਨਾ ਵਿੱਚ ਸਾਰੇ ਮੈਂਬਰ ਮੁ슬ਮਾਨ ਪਾਈਚਾਰੀ ਨਾਲ ਸੰਬੰਧਿਤ ਹਨ। ਨਮਾਸ਼ਾਰ ਜ਼ਿਲ੍ਹੇ ਦੀ ਪੁਲਿਸ ਵੱਲੋਂ 2 ਦਿਨ ਪਹਿਲਾਂ ਮਾਪਿਆਂ ਦੇ 16 ਸਾਲਾਂ ਇਕਲੋਤੇ ਪੁੱਤਰ ਦੀ ਹੱਤਿਆ ਦੇ ਮਾਮਲੇ ਵਿੱਚ ਗ੍ਰਫਤਾਰ ਕੀਤੇ ਇੱਕ ਦੋਸ਼ੀ ਦੀ ਮਾਂ ਵੱਲੋਂ ਖੁਦਕੁਸ਼ੀ ਕੀਤੇ ਜਾਣ ਦੀ ਖਬਰ ਹੈ। ਉਕਤ ਔਰਤ ਦੀ ਉਮਰ 65 ਸਾਲ ਸੀ ਅਤੇ ਉਹ ਉਸੇ ਦਿਨ ਤੋਂ ਆਪਣੇ ਪੁੱਤਰ ਵੱਲੋਂ ਇਸ ਕਤਲ ਨੂੰ ਅੰਜਾਮ ਦੇਣ ਦੇ ਮਾਮਲੇ ਵਿੱਚ ਬਹੁਤ ਪਰੇਸ਼ਾਨ ਸੀ। ਜਲੰਧਰ ਕਮਿਸ਼ਨਰੈਟ ਪੁਲਿਸ ਨੇ ਪ੍ਰਤਾਪ ਬਾਗ ਨੇੜੇ ਛਾਪੇਮਾਰੀ ਕਰਕੇ ਪਟਾਕਿਆਂ ਦਾ ਨਜਾਇਜ਼ ਗੋਦਾਮ ਫੜਿਆ ਹੈ ਪੁਲਿਸ ਨੇ ਗੋਦਾਮ ਵਿੱਚੋਂ ਲੱਖਾਂ ਦੀ ਕੀਮਤ ਦੇ ਪਟਾਕੇ ਅਤੇ ਚਾਈਨੀਜ਼ ਡੋਰ ਵੀ ਬਰਾਮਦ ਕੀਤੀ ਹੈ ਇਹ ਗੋਦਾਮ ਕਿਸੇ ਹੋਰ ਦਾ ਨਹੀਂ ਸਗੋਂ ਰਿਆਜ਼ਪੁਰਾ ਦੇ ਰਹਿਣ ਵਾਲੇ ਬਦਨਾਮ ਪਟਾਕਾ ਵਪਾਰੀ ਗੁਰਦੀਪ ਸਿੰਘ ਗੋਰਾ ਦਾ ਹੈ ਜਿਸ ਨੂੰ ਪੁਲਿਸ ਨੇ ਗੋਦਾਮ ਚੋਂ ਹੀ ਗ੍ਰਿਫਤਾਰ ਕਰ ਲਿਆ ਬਰਨਾਲਾ ਰੇਲਵੇ ਸਟੇਸ਼ਨ ਦੇ ਰੇਲਵੇ ਟਰੈਕ ਤੇ ਚੈਕਿੰਗ ਕਰਦੇ ਬਰਨਾਲਾ ਦੇ ਐਸਐਸਪੀ ਸੰਦੀਪ ਗੋਇਲ ਸਮੇਤ ਇੱਕ ਹੋਰ ਪੁਲਿਸ ਅਧਿਕਾਰੀ ਦੇ ਜ਼ਖਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਤੋਂ ਬਾਅਦ ਦੋਹਾਂ ਅਧਿਕਾਰੀਆਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਦਰਅਸਲ ਕਿਸਾਨਾ ਵੱਲੋਂ ਰੇਲਵੇ ਟਰੈਕ ਖਾਲੀ ਕਰਨ ਤੋਂ ਬਾਅਦ ਐਸਐਸਪੀ ਉਸ ਦਾ ਜਾਇਜ਼ਾ ਲੈ ਰਹੇ ਸਨ ਜਿਸ ਦੌਰਾਨ ਰੇਲਵੇ ਦੀ ਚੈਕਿੰਗ ਵਾਲੀ ਟਰਾਲੀ ਦੇ ਟਾਇਰ ਨਿਕਲ ਗਏ ਅਤੇ ਐਸਐਸਪੀ ਸੰਦੀਪ ਗੋਇਲ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਜਲੰਧਰ ਦੇ ਸ਼ਿਵ ਵਿਹਾਰ ਵਿੱਚ ਕਾਰੋਬਾਰੀ ਦੀ ਪਤਨੀ ਨੇ ਆਪਣੀ ਕੋਠੀ ਵਿੱਚ ਫਾਹਲਾ ਕੇ ਆਪਣੀ ਜਾਨ ਦੇ ਦਿੱਤੀ ਮ੍ਰਿਤਕ ਦੀ ਪਛਾਣ ਰੇणु ਸ਼ਰਮਾ ਪਤਨੀ ਰੁਪੇਸ਼ ਸ਼ਰਮਾ ਵਜੋਂ ਹੋਈ। ਉਸ ਦਾ ਪਤੀ ਕੰਪਿਊਟਰ ਕੰਪਨੀ ਦਾ ਮਾਲਕ ਹੈ। ਘਟਨਾ ਦਾ ਪਤਾ ਉਸ ਵੇਲੇ ਲੱਗਿਆ ਜਦ ਉਸ ਦਾ ਪਤੀ ਕਮਰੇ ਵਿੱਚ ਆਇਆ ਤਾਂ ਉਸ ਦੀ ਲਾਸ਼ ਫਾਹ ਲਾ ਕੇ ਲਟਕਦੀ ਨਜ਼ਰ ਆਈ। ਕਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਤੇ ਜੁਟ ਗਈ। ਭਾਰਤੀ ਪੁਲਾੜ ਖੋਜ ਸੰਗਠਨ ਨੇ ਇੱਕ ਵਾਰ ਪੁਲਾੜ ਵਿੱਚ ਆਪਣਾ ਚੰਡਾ ਲਹਿਰਾ ਦਿੱਤਾ ਹੈ। ਭਾਰਤੀ ਰਾਕਟ ਤ੍ਰੂਵੀ ਸੈਟਲਾਈਟ ਲਾਂਚਿੰਗ ਵਾਹਨ C49 ਨੂੰ ISRO ਨੇ ਅੱਜ ਸਫਲਤਾਪੂਰਵਕ ਲਾਂਚ ਕਰ ਦਿੱਤਾ ਹੈ। ਕੇਰਲ ਦੇ ਰਾਜਪਾਲ ਦੀ ਕੋਰੋਨਾ ਰਿਪੋਰਟ ਪੋਜ਼ਿਟਿਵ ਆਈ ਹੈ ਜਿਸ ਤੋਂ ਬਾਅਦ ਉਹਨਾਂ ਦੇ ਘਰ ਵਿੱਚ ਹੀ ਖੁਦ ਨੂੰ ਇਕਾਂਤ ਵਾਸ ਕਰ ਲਿਆ ਹੈ। ਉਹਨਾਂ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਮੁਹੰਮਦ ਖਾਨ ਨੇ ਕਿ ਜਾਂਚ ਦੌਰਾਨ ਮੇਰੀ ਕਰੋਨਾ ਰਿਪੋਰਟ ਪੋਜ਼ਿਟਿਵ ਆਈ ਹੈ ਮੈਂ ਕਾਰ ਵਿੱਚ ਹੀ ਖੁਦ ਨੂੰ ਇਕਾਂਤਵਾਸ ਕਰ ਲਿਆ ਹੈ ਪਿਛਲੇ ਕੁਝ ਦਿਨਾਂ ਤੋਂ ਮੇਰੇ ਸੰਪਰਕ ਵਿੱਚ ਆਏ ਲੋਕ ਪ੍ਰੋਟੋਕੋਲ ਦੀ ਪਾਲਣਾ ਕਰਨ ਫੌਜ ਮੁਖੀ ਜਨਰਲ ਐਮ ਐਮ ਨਰਵਾਣੇ ਨੇ ਸ਼ੁੱਕਰਵਾਰ ਨੂੰ ਨੇਪਾਲ ਦੇ ਪ੍ਰਧਾਨ ਮੰਤਰੀ ਕੇ ਪੀ ਸ਼ਰਮਾ ਓਲੀ ਨਾਲ ਮੁਲਾਕਾਤ ਕੀਤੀ ਹੈ जनरल नरवाणे 3 ਦਿਨਾ ਦੌਰੇ ਤੇ ਨੇਪਾਲ ਵਿਚ ਹਨ ਦੋਵਾਂ ਦੇਸ਼ਾਂ ਵਿੱਚ ਜਦੋਂ ਤੋਂ ਸਰਹੱਦ ਵਿਵਾਦ ਸ਼ੁਰੂ ਹੋਇਆ ਹੈ ਉਦੋਂ ਤੋਂ ਇਹ ਪਹਿਲੀ ਉੱਚ ਪੱਧਰੀ ਬੈਠਕ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਕਿਹਾ ਹੈ ਕਿ ਕੋਵਿਡ-19 ਦੇ ਬਾਅਦ ਦੀ ਦੁਨੀਆ ਬਹੁਤ ਵਕਰੀ ਹੋਣ ਜਾ ਰਹੀ ਹੈ ਜਿਸ ਵਿੱਚ ਸਭ ਤੋਂ ਵੱਡੀ ਭੂਮਿਕਾ ਟੈਕਨੋਲੋਜੀ ਦੀ ਹੋਵੇਗੀ ਅਤੇ ਉਹ ਆਤਮ ਨਿਰਭਰ ਪਰ ਭਾਰਤ ਮੁਹਿੰਮ ਦੀ ਸਫਲਤਾ ਦੀ ਬਹੁਤ ਵੱਡੀ ਤਾਕਤ ਹੋਵੇਗੀ ਪਾਕਿਸਤਾਨੀ ਫੌਜੀਆ ਨੇ ਜੰਗਬੰਦੀ ਦੀ ਉਲੰਘਣਾ ਕਰਦੇ ਹੋਏ ਜੰਮੂ ਕਸ਼ਮੀਰ ਦੇ ਪੂੰਚ ਅਤੇ ਕਠੂਆ ਜ਼ਿਲ੍ਹਿਆਂ ਵਿੱਚ ਕੰਟਰੋਲ ਰੇਖਾ ਅਤੇ ਕੋਮਾਂਤਰੀ ਸਰਹੱਦ ਤੇ ਪਿੰਡਾਂ ਅਤੇ ਮੋਰੀ ਚੌਕੀਆਂ ਤੇ ਗੋਲੀਆਂ ਵਰਾਈਆਂ ਅਧਿਕਾਰੀਆਂ ਨੇ ਸ਼ਨੀਵਾਰ ਯਾਨੀ ਕਿ ਅੱਜ ਇਹ ਜਾਣਕਾਰੀ ਦਿੱਤੀ ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਦੇ ਚਰਚਿਤ ਲੋਅਰ ਬਾਜ਼ਾਰ ਵਿੱਚ ਸ਼ਨੀਵਾਰ ਨੂੰ ਅੱਗ ਲੱਗ ਗਈ ਲੋਅਰ ਬਾਜ਼ਾਰ ਵਿੱਚ ਕੁਝ ਦੁਕਾਨਾਂ ਵਿੱਚ ਅੱਗ ਲੱਗੀ ਹੈ ਹਾਲਾਂਕਿ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ ਪਰ ਅੱਗ ਬੁਝਾਊ ਵਿਭਾਗ ਦੀਆਂ ਗੱਡੀਆਂ ਮੌਕੇ ਤੇ ਪਹੁੰਚੀਆਂ ਹਨ ਅਤੇ ਅੱਗ ਬੁਝਾਉਣ ਦਾ ਕੰਮ ਜਾਰੀ ਹੈ। ਬਿਹਾਰ ਵਿਧਾਨ ਸਭਾ ਚੋਣ ਦੇ ਨਤੀਜੇ ਪੜਾ ਦੀ VOTING ਜਾਰੀ ਹੈ। ਤੀਜੇ ਪੜਾਅ ਵਿੱਚ 15 ਜ਼ਿਲ੍ਹਿਆਂ ਦੀਆਂ 78 ਵਿਧਾਨ ਸਭਾ ਸੀਟਾਂ ਤੇ ਚੋਣ ਹੋ ਰਹੀ ਹੈ। ਇਹਨਾਂ ਵਿੱਚ ਪੱਛਮੀ ਚੰਪਾਰਨ ਪੂਰਬੀ ਚੰਪਾਰਨ ਸੀਤਾਮੜੀ, ਮਧੂਬਨੀ, ਸੁਪੋਲ, ਅਰਰੀਆ, ਮਦੇਪੂਰਾ, ਕਿਸ਼ਨਗੰਜ, ਪੁਰਨੀਆ, ਕਟਿਹਾਰ, ਸੈਰਸਾ, ਦਰਬੰਗਾ, ਮੁਜ਼ਫਰਨਗਰ, ਵੈਸ਼ਾਲੀ ਅਤੇ ਸਮਸਤੀਪੁਰ ਜ਼ਿਲ੍ਹੇ ਦੀਆਂ ਵਿਧਾਨ ਸਭਾ ਸੀਟਾਂ ਸ਼ਾਮਲ ਹਨ। ਅਮਰੀਕਾ ਵਿੱਚ ਹਿੰਸਕ ਘਟਨਾਵਾਂ ਵਿੱਚ ਰੋਜ਼ਾਨਾ ਵਾਧਾ ਹੋ ਰਿਹਾ ਹੈ। ਪੂਰੇ ਅਮਰੀਕਾ ਵਿੱਚ ਹਰ ਰੋਜ਼ ਅਜਹੀਆਂ ਵਾਰਦਾਤਾਂ ਦੇ ਸੰਬੰਧ ਵਿੱਚ ਕਾਫੀ ਮਾਮਲੇ ਦਰਜ ਹੁੰਦੇ ਹਨ। ਅਜਹਾਈ ਇੱਕ ਹਿੰਸਕ ਵਾਰਦਾਤ ਰੋਸੀ ਵਿੱਚ ਵਾਪਰੀ। ਦੋ ਵਿਅਕਤੀਆਂ ਨੂੰ ਵੀਰਵਾਰ ਸਵੇਰੇ ਔਰੋਸੀ ਵਿੱਚ ਇੱਕ ਗੋਲੀਬਾਰੀ ਲਈ ਗ੍ਰਿਫਤਾਰ ਕੀਤਾ ਜਿਨ੍ਹਾਂ ਨੇ ਇੱਕ ਵਿਅਕਤੀ ਨੂੰ ਮਾਰਨ ਲਈ ਗੋਲੀਬਾਰੀ ਕੀਤੀ। ਪਾਕਿਸਤਾਨ ਦੇ ਲਾਹੌਰ ਵਿੱਚ ਹਾਲ ਹੀ ਵਿੱਚ ਸ਼ੁਰੂ ਹੋਈ ਪਹਿਲੀ ਮੈਟਰੋ ਟ੍ਰੇਨ ਲਈ ਪਾਕਿਸਤਾਨ ਨੇ ਵੱਡੇ ਅਹੁਦਿਆਂ ਤੇ ਚੀਨੀ ਸਟਾਫ ਨਿਯੁਕਤ ਕੀਤਾ ਹੈ। ਐਨਆਈ ਨੇ ਚੀਨੀ ਸਟਾਫ ਨੂੰ ਪਾਕ ਦੇ ਲੋਕਲ ਸਟਾਫ ਤੋਂ ਵੱਧ ਤਨਖਾਹ ਦੇ ਗੱਫੇ ਦਿੱਤੇ ਜਾ ਰਹੇ ਹਨ ਉਹ ਵੀ ਚੀਨੀ ਕਰੰਸੀ ਵਿੱਚ। ਅਮਰੀਕੀ ਰਾਸ਼ਟਰਪਤੀ ਅਹੁਦੇ ਦੀ ਦੌੜ ਵਿੱਚ ਇਸ ਵਾਰ ਉਮੀਦਵਾਰਾਂ ਵਿੱਚ ਫਸਮੀ ਟੱਕਰ ਹੈ ਡੋਨਲਡ 트੍ਰੰਪ ਅਤੇ ਜੋ ਬਿਡੇਨ ਇੱਕ ਦੂਜੇ ਨੂੰ ਫਸਵਾ ਮੁਕਾਬਲਾ ਦੇ ਰਹੇ ਹਨ ਵੋਟਾਂ ਦੇ ਗਰਮ ਮਾਹੌਲ ਦੌਰਾਨ ਚੋਣ ਦਿਵਸ ਤੋਂ ਲੈ ਕੇ ਇਸ ਦੇ ਬੈਲਟਾਂ ਦੀ ਹੋ ਰਹੀ ਗਿਣਤੀ ਦੌਰਾਨ ਕਈ ਥਾਵਾਂ ਤੇ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ ਸੋ ਇਹ ਸੰ ਟੌਪ 20 ਨਿਊਜ਼ ਕੱਲ ਫੇਰ ਮਿਲਾਂਗੇ ਇਸ ਸਮੇਂ